ਬਰਨਾਲਾ ਦੇ ਪਿੰਡ ਕੋਟਦੂਣਾ ਵਿੱਚ ਕੁਝ ਨੌਜਵਾਨਾਂ ਨੇ ਨਕਲੀ ਖੇਤੀਬਾੜੀ ਅਫਸਰ ਅਤੇ ਕਿਸਾਨ ਬਣ ਕੇ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤੀ। ਇਸ ਵੀਡੀਓ ਵਿੱਚ ਸਮੇਂ ਤੋਂ ਪਹਿਲਾਂ ਕੀਤੀ ਝੋਨੇ ਦੀ ਲਵਾਈ ਉੱਤੇ ਕਾਰਵਾਈ ਕਰਨਗੇ ਨਕਲੀ ਖੇਤੀਬਾੜੀ ਅਫਸਰ ਦੀ ਕੁੱਟਮਾਰ ਹੁੰਦੀ ਨਜ਼ਰ ਆਈ, ਜਿਸ ਦੇ ਵਿਰੋਧ ਵਿੱਚ ਬਰਨਾਲਾ ਖੇਤੀਬਾੜੀ ਵਿਭਾਗ ਵੱਲੋਂ ਪੁਲਿਸ ਨੂੰ ਨੌਜਵਾਨਾਂ ਉੱਤੇ ਕਾਰਵਾਈ ਲਈ ਸ਼ਿਕਾਇਤ ਕੀਤੀ ਗਈ ਹੈ। ਖੇਤੀਬਾੜੀ ਅਧਿਕਾਰੀਆਂ ਮੁਤਾਬਕ ਇਸ ਵੀਡੀਓ ਰਾਹੀਂ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਦੇ ਖਿਲਾਫ ਭੜਕਾਇਆ ਜਾ ਰਿਹਾ ਹੈ, ਪਰ ਦੂਜੇ ਪਾਸੇ ਵੀਡੀਓ ਬਣਾਉਣ ਵਾਲੇ ਨੌਜਵਾਨਾਂ ਦਾ ਕਹਿਣਾ ਹੈ ਕਿ ਖੇਤੀਬਾੜੀ ਅਧਿਕਾਰੀ ਉਹਨਾਂ ਦੀ ਵੀਡੀਓ ਨੂੰ ਲੈ ਕੇ ਮੁੱਦਾ ਬਣਾ ਰਹੇ ਨੇ। ਪੁਲਿਸ ਵੱਲੋਂ ਵੀਡੀਓ ਨੂੰ ਲੈ ਕੇ ਲੀਗਲ ਰਾਏ ਲਈ ਜਾ ਰਹੀ ਹੈ, ਜਿਸ ਤੋਂ ਬਾਅਦ ਹੀ ਕੋਈ ਕਾਰਵਾਈ ਹੋ ਸਕੇਗੀ। ਤਾਂ ਕੋਟਦੂਣਾ ਦੇ ਮੁੰਡਾ ਨੇ ਜਿਹੜੀ ਵੀਡੀਓ ਵਾਇਰਲ ਕਰੀ ਸੀ ਉਹ ਕਮੇਡੀ ਨਾ ਹੋ ਕੇ ਖੇਤੀਬਾੜੀ ਅਧਿਕਾਰੀਆਂ ਦਾ ਅਤੇ ਪ੍ਰਸ਼ਾਸਨ ਦਾ ਅਤੇ ਸਰਕਾਰ ਦਾ ਮੌਜੂਦ ਆਉਣ ਵਾਲੀ ਗੱਲ ਸੀ, ਜਿਹਦਾ ਕਰਕੇ ਤਾਂ ਕਿਸਾਨਾਂ ਨੂੰ ਵੀ ਗਲਤ ਮੈਸੇਜ ਜਾਂਦਾ ਸੀਗਾ ਵੀ ਕਿਸਾਨ ਇਸਤੀਫਾ ਕਰਨ ਅਤੇ ਅਧਿਕਾਰੀਆਂ 'ਚ ਵੀ ਗਲਤ ਮੈਸੇਜ ਜਾਂਦਾ ਸੀਗਾ, ਜਿਹਦਾ ਕਰਕੇ ਅਸੀਂ ਉਹਦੀ ਕੰਪਲੇਂਟ ਆ ਜਿਹੜੀ SHO ਸਦਰ ਧਨੌਲੀ ਨੂੰ ਕਰਾਂਗੇ। ਸਾਡਾ ਇਹ ਵੀਡੀਓ ਬਣਾਉਣ ਦਾ ਮੁੱਖ ਮੰਤਵ ਇਹ ਸੀ ਜੋ ਵੀ ਕਿਸਾਨਾਂ ਦੀਆਂ ਦੁੱਖ ਪਰੇਸ਼ਾਨੀਆਂ ਆਉਂਦੀਆਂ ਨੇ ਉਹਨਾਂ ਨੂੰ ਪੇਸ਼ ਕਰਨਾ ਸੀਗਾ। ਸਾਡਾ ਖੇਤੀਬਾੜੀ ਵਿਭਾਗ ਅਫਸਰਾਂ ਨਾਲ ਕੋਈ ਸਾਡੀ ਨਿੱਜੀ ਦੁਸ਼ਮਣੀ ਨਹੀਂ ਸੀ, ਨਾ ਹੀ ਅਸੀਂ ਉਹਨਾਂ ਦੇ ਦਿਲਾਂ ਨੂੰ ਠੇਸ ਪਹੁੰਚਾਉਣੀ ਚਾਹੁੰਦੇ ਸੀ। ਖੇਤੀਬਾੜੀ ਵਿਭਾਗ ਨੂੰ ਇਹ ਸਾਡੀ ਵੀਡੀਓ ਨੂੰ ਲੈ ਕੇ ਵੱਡਾ ਮੁੱਦਾ ਬਣਾ ਰਹੇ ਨੇ। ਖੇਤੀਬਾੜੀ ਵਿਭਾਗ ਵਾਲਿਆਂ ਨੂੰ ਚਾਹੀਦਾ ਕਿ ਵੀਡੀਓ ਨੂੰ ਛੱਡ ਕੇ ਜਿਹੜੀ ਸਾਡੇ ਖੇਤਾਂ ਵਿੱਚ ਦੁੱਖ ਪਰੇਸ਼ਾਨੀ ਆ ਰਹੀ ਨੇ, ਮੁਸ਼ਕਲ ਆ ਰਹੀ ਨੇ, ਫਸਲਾਂ ਨੂੰ ਬਿਮਾਰੀਆਂ ਲੱਗ ਰਹੀਆਂ ਨੇ, ਉਹਨਾਂ ਵੱਲ ਧਿਆਨ ਦਿੱਤਾ ਜਾਵੇ। ਇਹ ਛੋਟੀ ਜਿਹੀ ਵੀਡੀਓ ਨੂੰ ਲੈ ਕੇ ਐਡਾ ਵੱਡਾ ਮੁੱਦਾ ਬਣਾ ਰਹੇ ਨੇ, ਬਲਕਿ ਪਿੰਡਾਂ ਵਿੱਚ ਜਾ ਕੇ ਜੋ ਵੀ ਕਿਸਾਨਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਉਹਨਾਂ ਨੂੰ ਦੁੱਖਾਂ ਨੂੰ ਸੁਣਨਾ ਚਾਹੀਦਾ, ਉਹਨਾਂ ਨੂੰ ਪ੍ਰੋਬਲਮ ਸੋਲਵ ਕਰਨੀ ਚਾਹੀਦੀ ਹੈ। ਹਰਿੰਦਰ ਸਿੰਘ ਪੁੱਤਰ ਬਲਜਿੰਦਰ ਸਿੰਘ ਜੱਟਵਾਸੀ ਕੋਟਦੂਣਾ ਨੇ ਖੇਤੀਬਾੜੀ ਵਿਭਾਗ ਦਾ ਉਹਨਾਂ ਦੀ ਨਕਲ ਕਰਕੇ ਜਿਹੜੀ ਦਾ ਮਜ਼ਾਕ ਉਡਾਇਆ ਅਤੇ ਸੋਸ਼ਲ ਮੀਡੀਆ 'ਤੇ ਆਪਣਾ ਵੀਡੀਓ ਵਾਇਰਲ ਕੀਤੀ ਹੈ, ਜਿਸ ਸੰਬੰਧੀ ਆਪਣਾ DA ਲੀਗਲ ਦੀ ਰਾਏ ਲਈ ਕਾਰਵਾਈ ਲਈ ਭੇਜਿਆ, ਰਾਏ ਆਉਣ 'ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਉਂਦੀ ਹੈ।